ਨਗਰ ਕੌਂਸਲ ਤਰਨ ਤਾਰਨ 'ਚ ਸਰਬਸੰਮਤੀ ਨਾਲ ਸੁਰਿੰਦਰ ਕੌਰ ਨੂੰ ਨਗਰ ਕੌਂਸਲ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ 'ਤੇ ADC ਹਲਕਾ ਵਿਧਾਇਕ ਤੋਂ ਇਲਾਵਾ ਹੋਰ ਆਗੂ ਵੀ ਮੌਜੂਦ ਰਹੇ। ਹਾਂਜੀ, ਮੈਨੂੰ ਪ੍ਰਧਾਨ ਬਣਾਇਆ ਅਤੇ ਆਪਾਂ ਕੰਮ ਕਰਾਂਗੇ ਬਹੁਤ ਬਹੁਤ ਵਧੀਆ। ਹਾਂਜੀ, MLA ਸਾਹਿਬ ਦਾ ਬਹੁਤ ਧੰਨਵਾਦ, ਸਾਰੇ MCਾਂ ਦਾ ਵੀ, ਸਭ ਦੇ ਸਾਰਿਆਂ ਦਾ ਬਹੁਤ ਧੰਨਵਾਦ। ਹਾਂਜੀ, ਇਹ ਸਾਰੇ ਹੀ MC ਪ੍ਰਧਾਨ ਹੀ ਬਣੇ। ਹਾਂਜੀ, ਆਪਾਂ ਕੰਮ ਕਰਨੇ ਆ ਬਹੁਤ, ਵੱਧ ਤੋਂ ਵੱਧ, ਕੋਈ ਕੰਮ ਨਹੀਂ ਵੀ ਸ਼ਹਿਰ ਦੇ ਰਹਿੰਦੇ ਨੇ। ਹਾਂਜੀ, ਕਿਸ ਤਰ੍ਹਾਂ ਮਹਿਸੂਸ ਹੁੰਦਾ ਤੁਹਾਨੂੰ ਇਹ ਪਤਾ ਨਹੀਂ ਲੱਗਦਾ ਇਹਦਾ ਰਹਿਣਾ? ਨਹੀਂ, ਬਹੁਤ ਵਧੀਆ ਸੰਗਤ, ਆਪੇ ਹੀ MCਾਂ ਨੇ ਆਪ ਹੀ ਪ੍ਰਧਾਨ ਬਣਾਇਆ। ਹਾਂਜੀ, ਸਰਬਸੰਮਤੀ ਨਾਲ ਜੀ। ਹਾਂਜੀ, ਸੰਦੀਪ ਜੀ ਦਾ, ਭੋਲੇ ਵੀਰ ਦਾ, ਸਾਰਿਆਂ ਦਾ ਬਹੁਤ, ਕੌਂਸਲਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੰਮੀ ਮੇਰੇ ਨੂੰ ਪ੍ਰਧਾਨ ਬਣਾਇਆ, ਇਹ ਅਸੀਂ ਇਕੱਲੇ ਨਹੀਂ, ਸਾਰੇ MC ਪ੍ਰਧਾਨ ਬਣੇ। ਆਉਣ ਵਾਲੇ ਟਾਈਮ ਜੇ ਕੋਈ ਕੰਮ ਜਿਹੜਾ ਵੀ ਹੋਊਗਾ, ਪਹਿਲ ਦੇ ਆਧਾਰ 'ਤੇ ਹਰ ਭੈਣ ਭਰਾ ਦਾ ਕੀਤਾ ਜਾਊਗਾ। ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਰ ਭੈਣ ਭਰਾ ਦਾ ਕੰਮ ਕੀਤਾ ਜਾਊਗਾ ਸ਼ਹਿਰ ਦੇ ਵਿਕਾਸ ਵਾਸਤੇ। ਕਾਂਗਰਸ ਪਾਰਟੀ ਦਾ ਕੈਪਟਨ ਅਮਰਿੰਦਰ ਸਿੰਘ ਜੀ ਦਾ, ਨਵਜੋਤ ਸਿੰਘ ਸਿੱਧੂ ਸਾਡੇ ਲੋਕਲ ਬਾਡੀ 'ਚ ਮੰਤਰੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਮਾਨਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਜੀ ਵੱਲੋਂ ਜਿਹੜੀ ਹੈ ਇਹ ਚੋਣ ਦੇ ਲਈ ਮੈਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਸੀ। ਨਗਰ ਕੌਂਸਲ ਤਰਨ ਤਾਰਨ ਦਾ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ, ਤਿੰਨੇ ਅਹੁਦੇ ਖਾਲੀ ਪਏ ਸਨ। ਇਹਨਾਂ ਤਿੰਨਾਂ ਦੀ ਚੋਣ ਜਿਹੜੀ ਕਰਵਾਈ ਜਾਣੀ ਸੀ, ਇਹਦੇ ਲਈ ਅੱਜ ਮਿਤੀ 2 ਤਰੀਕ ਨੂੰ ਅੱਜ ਦੁਪਹਿਰ ਦਾ ਅਸੀਂ ਟਾਈਮ ਫਿਕਸ ਕੀਤਾ ਹੋਇਆ ਸੀ। ਨੋਟਿਸ ਵਗੈਰਾ ਸਾਰੇ ਜਿਹੜੇ ਉਹ ਦਿੱਤੇ ਹੋਏ ਸੀ ਮੈਂਬਰ ਸਮਾਨ ਨੂੰ ਅੱਜ MLA ਸਾਹਿਬ ਦੀ ਹਾਜ਼ਰੀ ਦੇ ਵਿੱਚ, ਕਿਉਂਕਿ MLA ਸਮਾਨ ਵੀ ਜਿਹੜੇ ਉਹ ਮੈਂਬਰ ਹੁੰਦੇ ਹਾਊਸ ਦੇ, ਅਤੇ ਉਹਨਾਂ ਦੀ ਹਾਜ਼ਰੀ ਵਿੱਚ ਜਿਹੜੇ ਕੌਂਸਲਰ ਸਮਾਨ ਆ, ਉਹਨਾਂ ਨੇ ਸਰਬਸੰਮਤੀ ਦੇ ਨਾਲ ਆਪਣੇ ਜਿਹੜੇ 3 ਅਹੁਦੇ ਜਿਹੜੇ ਉਹ ਫਿਲ ਕੀਤੇ ਨੇ। ਸੁਰਿੰਦਰ ਕੌਰ ਜਿਹੜੇ ਨੇ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ। ਰਕੇਸ਼ ਸ਼ਰਮਾ, ਮਿਸਿਜ਼ ਰਕੇਸ਼ ਸ਼ਰਮਾ, ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ, ਅਤੇ ਸੁਰਿੰਦਰ ਸਿੰਘ ਮੱਲੀ ਜਿਹੜੇ ਆ ਉਹਨਾਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਔਰ ਸ਼ਾਂਤਮਈ ਇਹ ਇਲੈਕਸ਼ਨ ਹੋਈ। ਹਾਂਜੀ, ਸਰਬਸੰਮਤੀ ਨਾਲ ਸਾਰੇ ਮੈਂਬਰਾਂ ਦੀ ਸਮਝ ਆ ਰਹੀ ਜੀ, ਬੜੀ ਸ਼ਾਂਤ ਮਾਹੌਲ ਤਰੀਕੇ ਨਾਲ ਇਲੈਕਸ਼ਨ ਹੋਈ ਹੈ, ਔਰ ਜੋ ਪਰਮਾਤਮਾ ਨੇ ਚਾਹਿਆ ਉਹ ਹੀ ਹੋਇਆ। ਪਰਮਾਤਮਾ ਅੱਗੇ ਵੀ ਸੁੱਖ ਸ਼ਾਂਤੀ ਰੱਖੂਗਾ। ਅੱਜ ਪ੍ਰਧਾਨਗੀ ਹੋਈ ਆ, ਜੋ ਪ੍ਰਧਾਨ ਜੀ ਲਿਖ ਕੇ ਸਾਨੂੰ MLA ਸਾਹਿਬ ਨੂੰ ਦੇਣਗੇ ਡਿਵੈਲਪਮੈਂਟ ਵਾਸਤੇ, ਅਸੀਂ ਅੱਗੇ ਉਹ ਸਰਕਾਰਾਂ ਨੂੰ ਭੇਜ ਦਾਂਗੇ। ਹੋਪਫੁਲੀ ਬਹੁਤ ਸਮੂਥਲੀ ਔਰ ਬਹੁਤ ਵਧੀਆ ਕੰਮ ਚੱਲੇਗਾ, ਕਿਉਂਕਿ ਨਿੱਕੇ ਨਿੱਕੇ ਚੀਜ਼ਾਂ ਲਈ ਮਤੇ ਦੀ ਲੋੜ ਸੀ, ਔਰ ਜਦੋਂ ਵੀ ਕੋਈ ਡਿਵੈਲਪਮੈਂਟ ਦਾ ਕੰਮ ਸੀ ਜਾਂ ਕੋਈ, ਔਰ ਪ੍ਰਧਾਨ ਜਿਹੜਾ ਹੁਣ ਬਣ ਗਿਆ ਵਾ, ਵਾਈਸ ਪ੍ਰਧਾਨ ਔਰ ਸੀਮਿਤ ਪ੍ਰਧਾਨ, ਸਾਰਾ ਸਟ੍ਰੀਮ ਲਾਈਨ ਹੋ ਜਾਏਗਾ, ਸਮੂਥਲੀ ਚੱਲੂਗਾ ਹੁਣ।